ਮਤਲਬ ਤੁਸੀਂ $10,000 ਫੀਸ ਭਰ ਕੇ ਆਏ ਹੋ ਤਾਂ ਤੁਹਾਨੂੰ $2,000-$3,000 ਹੋਰ ਭਰਨਾ ਪੈਣਾ ਇੱਕ ਸਾਲ ਦੇ ਅੰਦਰ ਅੰਦਰ। ਸਟੂਡੈਂਟ ਕੁਐਸਚਨ ਕਰਨਗੇ ਕਿ ਬਈ ਸਾਨੂੰ ਤਾਂ ਏਜੰਟ ਹੱਲੇ ਵੀ $10,000 ਦੱਸ ਰਿਹਾ 2023 ਵਿੱਚ ਵੀ, ਕਿ ਬਾਈ ਜਦੋਂ ਮੈਂ ਆਪਣੀ ਵੱਲੋਂ ਫਾਈਲ ਲਾਈ ਸੀ 2022 ਦੇ ਵਿੱਚ ਉਦੋਂ ਆਫਟਰ ਵੀਜ਼ਾ ਫੀਸ ਜਿਹੜੀ ਸੀ ਉਹ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ 'ਤੇ ਸਵਾਗਤ ਕਰਦਾ ਜੀ। ਅਤੇ ਆਪਣੀ ਅੱਜ ਦੀ ਵੀਡੀਓ ਜਿਹੜੀ ਹੈ ਜੀ CNA ਦੀ ਫੀਸ ਬਾਰੇ ਹੋਏਗੀ, ਕੋਲਜ ਆਫ ਦੀ ਨੌਰਥ ਅਟਲਾਂਟਿਕ ਜੀ ਦੀ ਫੁੱਲ ਫੋਰਮ ਆ ਜੀ। ਐਂਡ ਇਹ ਵੀਡੀਓ ਬੇਸਿਕਲੀ ਮੈਂ ਪਹਿਲਾਂ ਵੀ ਬਣਾਈ ਸੀ ਬਟ ਥੋੜ੍ਹੀ ਜਿਹੀ ਕਨਫਿਊਜ਼ਿੰਗ ਹੋਣ ਕਰਕੇ ਮੈਂ ਰਿਮੂਵ ਕਰਤੀ ਸੀ। ਸੋ ਇਸ ਕਰਕੇ ਹੁਣ ਇਹ ਵਾਲੀ ਵੀਡੀਓ ਪੂਰੀ ਆਪਾਂ ਕਲੈਰਿਟੀ ਨਾਲ ਸਾਰੇ ਪੁਆਇੰਟ ਇਲੈਬੋਰੇਟ ਕਰਕੇ ਤੁਹਾਨੂੰ ਮੈਂ ਦੱਸੂੰਗਾ ਜੀ, ਪੂਰੀ ਆਪਾਂ ਡਿਟੇਲ ਡਿਸਕਸ ਕਰਾਂਗੇ ਕਿ ਕੀ ਹਿਸਾਬ ਕਿਤਾਬ ਜੀ ਇਸ ਕੋਲੇ ਦੀ ਫੀਸ ਦਾ, ਐਂਡ ਇਸ ਕੋਲੇ ਨਾਲ ਰਿਲੇਟਡ ਜਿਹੜੇ ਏਜੰਟਸ ਦੇ ਸਕੈਮ ਚੱਲ ਰਹੇ ਆ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ ਜੀ ਅੱਜ ਦੀ ਵੀਡੀਓ ਵਿੱਚ। ਸੋ ਐਂਡ ਤੱਕ ਬਣੇ ਰਹੋ ਜੀ, ਪੂਰੀ ਵੀਡੀਓ ਵੇਖਿਓ ਤਾਂ ਜੋ ਤੁਸੀਂ ਕੋਈ ਵੀ ਇਨਫੋਰਮੇਸ਼ਨ ਮਿਸ ਨਾ ਕਰ ਪਾਓ ਜੀ। ਹਾਂਜੀ ਸਟਾਰਟ ਕਰਦੇ ਹਾਂ ਜੀ ਫਿਰ ਆਪਾਂ ਅੱਜ ਦੀ ਵੀਡੀਓ। ਹਾਂਜੀ ਕੋਲੇ ਦੀ ਫੀਸ 'ਤੇ ਜਾਣ ਤੋਂ ਪਹਿਲਾਂ ਮੈਂ ਕੋਲੇ ਦੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਾਂ ਜਿਹੜੀ ਕਿ ਬਹੁਤ ਇੰਪੋਰਟੈਂਟ ਆ, ਤੁਹਾਨੂੰ ਉਸ ਚੀਜ਼ ਦਾ ਪਤਾ ਹੋਣਾ ਚਾਹੀਦਾ ਇਸ ਕੋਲੇ ਵਿੱਚ ਅਪਲਾਈ ਕਰਨ ਤੋਂ ਪਹਿਲਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਇਨਟੇਕਸ ਦੀ। ਮੋਸਟਲੀ ਕੈਨੇਡਾ ਵਿੱਚ ਜਿੰਨੇ ਵੀ ਕੋਲਜ ਆ ਉਹਨਾਂ ਦੇ 3 ਇਨਟੇਕ ਹੁੰਦੇ ਆ, ਜੈਨ, ਮਈ ਅਤੇ ਸੈਪਟੈਂਬਰ ਇਨਟੇਕ। ਬਟ CNA ਕੋਲਜ ਵਿੱਚ ਸਿਰਫ ਇੱਕ ਹੀ ਇਨਟੇਕ ਹੈ ਲੀਗਲੀ, ਜਿਹੜਾ ਕਿ ਹੈ ਸੈਪਟੈਂਬਰ ਇਨਟੇਕ। ਜੇ ਤੁਸੀਂ CNA ਕੋਲਜ ਦੀ ਵੈਬਸਾਈਟ 'ਤੇ ਜਾਂਦੇ ਹੋ ਅਫੀਸ਼ੀਅਲ ਵਾਲੀ, ਐਂਡ ਉੱਥੇ ਜਾ ਕੇ ਜਦੋਂ ਤੁਸੀਂ ਕੋਈ ਸਬਜੈਕਟ ਜਾਂ ਕੋਈ ਕੋਰਸ ਸਕਰੋਲ ਕਰਦੇ ਹੋ, ਸਰਚ ਕਰਦੇ ਹੋ, ਤਾਂ ਤੁਹਾਨੂੰ ਸਾਰੇ ਕੋਰਸ ਆਲਮੋਸਟ ਸੈਪਟੈਂਬਰ ਵਿੱਚ ਹੀ ਸਟਾਰਟ ਹੁੰਦੇ ਹੋਏ ਨਜ਼ਰ ਆਉਣਗੇ ਜੀ। ਜਿੱਦਾਂ ਕਿ ਆਪਾਂ ਜੇ ਕੋਲੇ ਦੀ ਅਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਪ੍ਰੋਗਰਾਮ ਸਿਲੈਕਟ ਕਰਦੇ ਹਾਂ ਅਤੇ ਕੋਈ ਵੀ ਰੈਂਡਮ ਕੋਰਸ ਪਿੱਕ ਕਰਦੇ ਹਾਂ, ਜਿੱਦਾਂ ਕਿ ਆਪਾਂ ਆਹ ਜਿਹੜਾ ਕੋਰਸ ਹੈ ਇਹਨੂੰ ਓਪਨ ਕਰਦੇ ਹਾਂ ਤਾਂ ਸੈਪਟੈਂਬਰ ਵਿੱਚ ਸਟਾਰਟ ਹੁੰਦਾ ਦੇਖੋ ਹੀ ਨਜ਼ਰ ਆ ਰਿਹਾ। ਇਸ ਤੋਂ ਬਾਅਦ ਜੇ ਆਪਾਂ ਕਿਸੇ ਹੋਰ ਕੋਰਸ ਵੱਲ ਨਿਗਾਹ ਮਾਰਦੇ ਹਾਂ, ਕੋਈ ਵੀ ਰੈਂਡਮ ਕੋਰਸ ਪਿੱਕ ਕਰਦੇ ਹਾਂ, ਜਿੱਦਾਂ ਕਿ ਆਪਾਂ ਮਕੈਨੀਕਲ ਇੰਜੀਨੀਅਰਿੰਗ ਸਿਲੈਕਟ ਕਰਦੇ ਹਾਂ ਤਾਂ ਸੇਮ ਐਜ ਸੈਪਟੈਂਬਰ। ਇਸ ਤੋਂ ਬਾਅਦ ਜੇ ਮੈਂ ਕੋਈ ਆਫਿਸ ਐਡਮਿਨ ਦਾ ਸਰਚ ਮਾਰਦਾ ਤਾਂ ਸੇਮ ਐਸ ਉਹ ਵੀ ਸੈਪਟੈਂਬਰ 2023 ਵਿੱਚ ਹੀ ਸ਼ੁਰੂ ਹੁੰਦਾ ਨਜ਼ਰ ਆਏਗਾ, ਨਾ ਉਹਦਾ ਜੈਨ ਹੋਏਗਾ ਨਾ ਮਈ ਹੋਏਗਾ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਸੈਪਟੈਂਬਰ 2023। ਜੇ ਤੁਸੀਂ ਸੋਚ ਰਹੇ ਹੋ ਕੋਲਜ ਆਫ ਦੀ ਨੌਰਥ ਅਟਲਾਂਟਿਕ ਵਿੱਚ ਅਪਲਾਈ ਕਰਨ ਬਾਰੇ, ਸੋ ਇਹ ਜ਼ਰੂਰ ਆਪਣੇ ਦਿਮਾਗ ਵਿੱਚ ਰੱਖਿਓ ਕਿ ਇਸ ਦਾ ਇੱਕੋ ਇਨਟੇਕ ਹੈ ਸੈਪਟੈਂਬਰ। ਬਟ ਇਹਦਾ ਮਤਲਬ ਇਹ ਵੀ ਨਹੀਂ ਤੁਸੀਂ ਜੈਨ ਜਾਂ ਮਈ ਦੇ ਵਿੱਚ ਅਪਲਾਈ ਨਹੀਂ ਕਰ ਸਕਦੇ। ਇੱਥੇ ਕਈ ਕਈ ਏਜੰਟ ਹੈਗੇ ਨੇ ਜਿਨ੍ਹਾਂ ਦਾ ਇਸ ਕੋਲੇ ਨਾਲ ਟਾਈ ਅਪ ਹੈ ਜੀ, ਉਹ ਤੁਹਾਨੂੰ ਜੈਨ ਅਤੇ ਮਈ ਇਨਟੇਕ ਵੀ ਪ੍ਰੋਵਾਈਡ ਕਰ ਦੇਣਗੇ, ਬਟ ਉਹ ਇਸ 'ਤੇ ਆਫਟਰ ਵੀਜ਼ਾ ਚਾਰਜਸ ਪੇ ਕਰਾਉਣਗੇ। ਅਤੇ ਆਫਟਰ ਵੀਜ਼ਾ ਚਾਰਜਸ ਕਿੰਨੇ ਹੁੰਦੇ ਆ ਸਾਰੀ ਆਪਾਂ ਡਿਸਕਸ ਕਰਾਂਗੇ ਜੀ ਇਸ ਵੀਡੀਓ ਵਿੱਚ। ਕੋਲੇ ਦੇ ਇਨਟੇਕ ਤੋਂ ਬਾਅਦ ਜੇ ਮੈਂ ਸਮੈਸਟਰਸ ਦੀ ਗੱਲ ਕਰਾਂ, ਇਹ ਵੀ ਇੱਕ ਇੰਪੋਰਟੈਂਟ ਪੁਆਇੰਟ ਆ ਗਿਆ, ਕਿਉਂਕਿ ਮੋਸਟਲੀ ਕੈਨੇਡਾ ਵਿੱਚ ਜਿੰਨੇ ਵੀ ਕੋਲੇ ਨੇ ਉਹਨਾਂ ਦੇ 2 ਸਮੈਸਟਰ ਹੁੰਦੇ ਆ ਇੱਕ ਸਾਲ ਵਿੱਚ, ਸੋ ਟੋਟਲ ਉਹ 4 ਸਮੈਸਟਰ ਦੀ ਸਟੱਡੀ ਕਰਦੇ ਆ। ਬਟ CNA ਵਿੱਚ ਇੱਦਾਂ ਨਹੀਂ ਹੈ ਜੀ, CNA ਵਿੱਚ ਇੱਕ ਸਾਲ ਵਿੱਚ 3 ਸਮੈਸਟਰ ਦੇਖਣ ਨੂੰ ਮਿਲ ਜਾਂਦੇ ਆ। ਜਿਹੜਾ ਤੀਜਾ ਸਮੈਸਟਰ ਹੁੰਦਾ ਉਹ ਛੋਟਾ ਸਮੈਸਟਰ ਹੁੰਦਾ ਵਾ, ਅਤੇ ਉਸਦੀ ਫੀਸ ਵੀ ਦੂਜੇ ਸਮੈਸਟਰ ਨਾਲੋਂ ਘੱਟ ਹੁੰਦੀ ਹੈ। ਸੋ ਇਸਦਾ ਮਤਲਬ 2 ਸਾਲਾਂ ਦੀ ਸਟੱਡੀ ਵਿੱਚ ਤੁਸੀਂ 6 ਸਮੈਸਟਰ ਕਰਦੇ ਹੋ ਅਤੇ ਫਿਰ ਤੁਹਾਡੀ ਪੜ੍ਹਾਈ ਖਤਮ ਹੋ ਜਾਂਦੀ ਹੈ ਜੀ। ਸੋ ਇਹੀ 2 ਮੇਨ ਗੱਲਾਂ ਸੀ ਜਿਹੜੀ ਇਸ ਕੋਲੇ ਦੀ ਡਿਫਰੈਂਟ ਨੇ ਦੂਜੇ ਕੋਲਜਾਂ ਨਾਲੋਂ। ਸਭ ਤੋਂ ਪਹਿਲਾਂ ਕਿ ਇਸ ਦੇ ਵਿੱਚ ਸੈਪਟੈਂਬਰ ਇਨਟੇਕ ਹੈ ਜੀ ਲੀਗਲੀ, ਜੇ ਤੁਸੀਂ ਆਪ ਜਾਂ ਕਿਸੇ ਨੋਰਮਲ ਏਜੰਟ ਤੋਂ ਅਪਲਾਈ ਕਰਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ ਸੈਪਟੈਂਬਰ ਇਨਟੇਕ ਦੇਖਣ ਨੂੰ ਮਿਲੇਗਾ, ਅਤੇ ਮੋਸਟਲੀ ਤੁਹਾਨੂੰ 3 ਸਮੈਸਟਰ ਦੀ ਸਟੱਡੀ ਕਰਨੀ ਪੈਣੀ ਜੀ ਇੱਕ ਸਾਲ ਵਿੱਚ। ਹੁਣ ਕੋਲੇ ਦੀ ਇਨਫੋਰਮੇਸ਼ਨ ਤੋਂ ਬਾਅਦ ਮੈਂ ਗੱਲ ਕਰਦਾ ਜੀ ਕੋਲੇ ਦੀ ਫੀਸ ਦੀ। ਘੁਮਾ ਫਰਾ ਕੇ ਗੱਲ ਨਹੀਂ ਕਰਦਾ ਜੀ, ਡਾਇਰੈਕਟਲੀ ਆਪਾਂ ਫੀਸ 'ਤੇ ਆਉਂਦੇ ਹਾਂ। 2022 ਜਾਂ 22 ਤੋਂ ਪਹਿਲਾਂ ਇਸ ਕੋਲੇ ਦੀ ਫੀਸ ਸੀ ਜੀ $10,000। ਮੈਂ ਬੁੱਕਸ ਵਗੈਰਾ ਇਨਕਲੂਡ ਕਰਕੇ ਨਹੀਂ ਕਹਿ ਰਿਹਾ ਜਾਂ ਇੰਸ਼ੋਰੈਂਸ ਵਗੈਰਾ ਇਨਕਲੂਡ ਕਰਕੇ ਨਹੀਂ ਕਹਿ ਰਿਹਾ, ਸਿਰਫ ਟਿਊਸ਼ਨ ਫੀਸ ਦੀ ਗੱਲ ਕਰ ਰਿਹਾ। ਟਿਊਸ਼ਨ ਫੀਸ ਇਸ ਕੋਲੇ ਦੀ $9,000-$10,000 ਸੀ, ਉਸ ਤੋਂ ਬਾਅਦ ਬੁੱਕਸ ਦੇ ਜਾਂ ਇੰਸ਼ੋਰੈਂਸ ਦੇ ਹੋਰ ਐਡੀਸ਼ਨਲ ਕੋਸਟ ਆ ਜਾਂਦੀਆਂ ਵਾ ਜਿਹੜੀ ਤੁਸੀਂ ਇੱਥੇ ਆ ਕੇ ਪੇ ਕਰਦੇ ਹੋ। ਬਟ 2023 ਵਿੱਚ ਓਵਰਆਲ ਕੈਨੇਡਾ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਫੀਸਿਸ ਵਗੈਰਾ ਇਨਕਰੀਜ਼ ਹੋ ਚੁੱਕੀਆਂ, ਸੋ ਸੇਮ ਐਸ CNA ਦੀ ਵੀ ਫੀਸ ਵੱਧ ਚੁੱਕੀ ਹੈ ਜੀ, $12,500 ਦੇ ਲਾਗੇ ਛਾਗੇ ਹੋ ਗਈ ਹੈ, ਕਿਉਂਕਿ ਮੇਰੇ ਵਾਲੇ ਕੋਰਸ ਦੀ ਫੀਸ $10,000 ਸੀ 2022 ਜਾਂ 22 ਤੋਂ ਪਹਿਲਾਂ। ਬਟ ਹੁਣ ਜੇ ਮੈਂ ਟੋਟਲ ਫੀਸ ਦੀ ਗੱਲ ਕਰਾਂ ਇੱਕ ਸਾਲ ਦੀ, ਤਾਂ $12,500 ਜਾਂ $12,700 ਮੇਰੀ ਫੀਸ ਬਣਦੀ ਹੈ ਇੱਕ ਸਾਲ ਦੀ। ਸੋ ਜਿਹੜੀ ਕਿ ਮੈਂ ਪੇ ਕੀਤੀ ਹੈ, ਅਤੇ ਦੂਜੇ ਸਾਲ ਵਿੱਚ ਮੈਨੂੰ $12,500-$13,000 ਦੇ ਲਾਗੇ ਛਾਗੇ ਪੇ ਕਰਨਾ ਪੈਣਾ ਜੀ। ਜੇ ਤਾਂ ਹੋ ਗਈ ਜੀ ਫੀਸ ਦੀ ਗੱਲ। ਬਟ ਮੈਨੂੰ ਇੱਥੇ ਕਈ ਸਟੂਡੈਂਟ ਕੁਐਸਚਨ ਕਰਨਗੇ ਕਿ ਬਈ ਸਾਨੂੰ ਤਾਂ ਏਜੰਟ ਹੱਲੇ ਵੀ $10,000 ਦੱਸ ਰਿਹਾ 2023 ਵਿੱਚ ਵੀ, ਕਿ ਕੋਲੇ ਦੀ ਫੀਸ $10,000 ਹੈ ਅਤੇ ਇਹ ਕਿਉਂ? ਇਸ ਦਾ ਸਿੰਪਲ ਜਵਾਬ ਆ ਜੀ, ਜਿਹੜੇ ਏਜੰਟ ਆ ਤੁਹਾਨੂੰ ਸਹੀ ਇਨਫੋਰਮੇਸ਼ਨ ਨਹੀਂ ਦੇ ਰਹੇ, ਉਹ ਤੁਹਾਨੂੰ $10,000 ਕਹਿ ਕੇ ਫੀਸ ਭਰਾਉਂਦੇ ਆ। ਓਫਰ ਲੈਟਰ ਉੱਤੇ ਵੀ $10,000 ਫੀਸ ਲਿਖੀ ਹੁੰਦੀ ਹੈ, ਕਿਉਂਕਿ ਇਹਨਾਂ ਦਾ ਟਾਈ ਅਪ ਹੋਣ ਕਰਕੇ ਕੋਲਜ ਵਾਲਿਆਂ ਨਾਲ ਇਹ ਪੁਰਾਣੇ ਫੀਸ ਦੇ ਸਟਰਕਚਰ ਦੇ ਹਿਸਾਬ ਨਾਲ ਓਫਰ ਲੈਟਰ ਇਸ਼ੂ ਹੁੰਦਾ ਇਹਨਾਂ ਨੂੰ।
एंड तुसी 10,000 डॉलर फीस भर देंगे हो, बट जो तुसी इत्थे आउंदे हो ऑलमोस्ट ताड़ी 12,500 या 13,000 के लागे छागे फीस हुंदी है। तो यह चीज़ चल रही है जी हुण। सो अवेयर रहो, जे थोनू कोई एजेंट कहिंदा वा कि कॉलेज ऑफ द नॉर्थ अटलांटिक की फीस 10,000 डॉलर है, ये सरासर झूठ है जी। हाँ जी, ये आ जी एक समेस्टर की फीस का स्क्रीनशॉट एज ए प्रूफ, जिद मेरी एक समेस्टर की फीस 4,770 है। सो यदा मतलब तुसी टोटल 3 समेस्टर कर दे हो, 2 समेस्टर 4,770 दे जेड़े कि बन गए 9,000, मतलब 9,500, एंड उस तो बाद एक इंटरसैक्शन आता जो $2,900 का हों। सो एट द एंड थोनू 12,500 डॉलर फीस पैंती है एक साल की 2023। हाँ जी, इस चीज़ तो बाद एक होर चीज़ आ जाती है जी आफ्टर वीज़ा फीस। 2022 जो मैं अपनी वालों फाइल लाई सी 2022 के उदो आफ्टर वीज़ा फीस जी सी 2 से 3 लाख के लेंदे सी जेड़े अपने एजेंट। हुण जी आफ्टर वीज़ा फीस है थोड़ी जी घट चुकी है, हुण कई को 1 लाख भी लै लेंदे, 1.5 लाख भी लै लेंदे, 1,75,000 भी लै लेंदे। ये डिपेंड ऑन द स्टूडेंट्स एंड डिपेंड ऑन द एजेंट्स एज वैल। जी कि सीधा सीधा जी आप कनेडियन करंसी में हिसाब लाइए तो 3 से 4,000 डॉलर या 4,500 डॉलर बनती है आफ्टर वीज़ा फीस। जे मैं अपनी एग्जाम्पल देव कि मैं एक साल की किन्नी फीस पे करी है सारा कुछ पा पू के, मैं अपनी एग्जाम्पल दे के थोनू फीस समझा जी मैं एक साल की किन्नी पे करी है। सब तो पहला मैं 2022 मई में फाइल लगाई सी अपनी, सो मैंने फीस 10,000 पे करी। उस तो बाद मेरे तो आफ्टर वीज़ा 2,20,000 के लागे छागे ले गए जेडे कि सीधा सीधा 4,000 डॉलर बनते हैं। सो 14,000 मेरी आफ्टर वीज़ा पा के इंडिया तो फीस बन गई, बट जो मैं इतने आया फीसिस इनक्रीज हुई, मतलब जो मैं आया ही आया सी उदो फीसा इनक्रीज होनी स्टार्ट हुई सी, उस तो पहला 10,000 डॉलर ही सी। सो जो मैं इतने आया मई के, सो साड़ियाँ फीसा बढ़ गई। सो मैनू एट द एंड 2,500 डॉलर होर देना पाया, मतलब कि 16,500 डॉलर मैं एक साल की फीस पे करी है जी। सो इस विच मैं बुक्स वगैरह भी इनकलूड करके चलना तो मैं 500 डॉलर बुक्स के भी पे एक साल के। सो इसका मतलब मैं 16,500 to 17,000 डॉलर एक साल की फीस भरी है जी CNA कॉलेज में। हुण दूजे साल के मैं आफ्टर वीज़ा पे नहीं करना पैना, सो मेरी 12,500 to 13,000 डॉलर दूजे साल की फीस होएगी। सो मतलब कि पहला साल जिहड़ा मेरा 16,500 to 17,000 डॉलर जो मैं पिया, उस बेसिस में मैं यही नहीं कहूँगा कि यह कॉलेज वन ऑफ द चीपेस्ट कॉलेज है, क्योंकि 17,000 to 16,500 डॉलर से तुम कितने भी कॉलेज लै सकते हो, थोड़ा जरूरी नहीं कि कोई अटलांटिक प्रमिस में ही इन्ना सस्ता कॉलेज मिलेगा। इस तरीके तुम भी अपना हिसाब ला सकते हो, अगर थोनू थोड़ा एजेंट कह रहा है कि थोड़ी आफ्टर वीज़ा फीस 1 लाख होएगी या 1.5 लाख होएगी, उसनू कनेडा की करंसी में कन्वर्ट करके तुम हिसाब ला सकते हो। 10,000 डॉलर फीस उन्होंने कहनी है, उस 2,500 तो तुम ऐड करना ही करना, क्योंकि 2,500 घट्टो घट 2,500 फीस वधी है, उस तो वध भी हो सकती है पर घट नहीं होएगी 2,500। सो मिनीम तुम 2,500 तो पहले ला के चलो 10,000 के, 12,500 फीस मतलब थोड़ी हैगी है। सो सिंपल तरीका है, अगर तुम आफ्टर वीज़ा वाले एजेंट को जा रहे हो, सो 10,000 के 2,500 ऐड करो, उस तो बाद अपनी आफ्टर वीज़ा फीस ऐड करो, थोड़ी एट द एंड एक साल में फीस आ जाएगी कि इन्नी होती है। बट जे तुसी आफ्टर वीज़ा वाले को नहीं जा रहे, सिर्फ थोड़े को फीस भराई जा रही है, तो सब तो वधिया कॉलेज है जी, फिर तो मैं वन ऑफ द चीपेस्ट भी कॉलेज कहूँगा, वधिया लोकेशन कहूँगा, ईजी PR लोकेशन कहूँगा, फिर तो मतलब थोड़े सारे बन्ने चाहती है जी, थोनों कोई भी मतलब आफ्टर वीज़ा पे नहीं करना पै रहा, तुसी आराम नाल अपनी फीस भर के आए हो। हाँ, मैं एक गल होर विच ऐड करना चाहुंदा कि कई बार इदा वा कि थोड़े को पूरी फीस भराई जाएगी इनकलूडिंग बुक्स इंश्योरेंस एंड ट्यूशन फीस। जिदा कि 12,500 तक ट्यूशन फीस होएगी, उस विच जे तुसी नॉर्मल एजेंट को जाने हो तो गल कर रहा कि ट्यूशन फीस तो 12,500 डॉलर होएगी, फिर बुक्स के तो इंश्योरेंस के तुम पे करने पैणगे। जेडे इंश्योरेंस के वैसे भी तुम इतने आके पे करोगे, बट जे तुसी पहले पे कर गए सो थोनू इतने आके कोई एडिशनल चार्जस नहीं पैने। एंड जे मैं बुक्स की गल करा, जे तुसी बुक्स ला लो $700 पे भी करते, जे तुसी बुक्स इतने आके नहीं लईयां तां तुहानू $700 वापस मिल जाना थोड़े अकाउंट दे विच, ते तुसी कढ़ा भी सकते हो जां अपनी नैक्सट ईयर की फीस विच ऐड कर सकते हो उस पैसों नूं जिहड़े तुहानू बुकां वल्लों मिले आ। बट जे आफ्टर वीज़ा वाले एजेंट होंगे कोई भी बुक्स वगैरह के चार्जस नहीं पे कराते, तुसी इतने आके बुक्स अपनिया आप परचेज करते हो, और तुसी सैकेंड हैंड भी लै सकते हो, नवी भी लै सकते हो। सो इट्स डिपेंड ऑन द स्टूडेंट्स। हाँ जी, ये जी सारा हिसाब किताब, होप करता तुहानू समझ आया होगा। एक बार मैं फिर इलैबोरेट कर दिना, जे तुसी किसी नॉर्मल एजेंट को अपनी 2023 फाइल लवा जा रहे हो तो फीस 12,500 to 13,000 ट्यूशन फीस की गल कर रहा भराई जाएगी, बट जे तुसी आफ्टर वीज़ा वाले को जा रहे हो
ਉਹ ਇਨੀਸ਼ੀਅਲੀ ਤਾਂ ਤੁਹਾਡੇ ਕੋਲ $10,000 ਦਾ ਫੀਸ ਭਰਾਉਣਗੇ ਬਟ ਇੱਥੇ ਆ ਕੇ ਤੁਹਾਨੂੰ ਹੋਰ ਫੀਸ ਦੇਣੀ ਪੈਣੀ ਆ ਸੋ ਇਹੀ ਸੀ ਹਿਸਾਬ ਕਿਤਾਬ ਜੀ ਸਾਰਾ ਆਪਣਾ ਹਿਸਾਬ ਲਾ ਕੇ ਚੱਲਿਓ ਮੈਂ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਤੀ ਵੀ ਇੱਦਾਂ ਇੱਦਾਂ ਹਿਸਾਬ ਹੋ ਰਿਹਾ ਵਾ ਇੰਨੀ ਇੰਨੀ ਫੀਸ ਮੰਗ ਰਹੇ ਆ ਉਸ ਹਿਸਾਬ ਨਾਲ ਆਪਣੀ ਕੈਲਕੂਲੇਸ਼ਨ ਕਰਕੇ ਚੱਲੋ ਕਿ ਮੈਨੂੰ ਐਟ ਦੀ ਐਂਡ ਇੰਨੀ ਫੀਸ ਦੇਣੀ ਪਏਗੀ ਜੇ ਮੈਂ ਆਫਟਰ ਵੀਜ਼ਾ ਇੰਨੀ ਪੇ ਕਰ ਰਿਹਾ ਵਾਂ ਜੇ ਮੈਂ ਨੋਰਮਲ ਮੈਂ ਤਾਂ ਪਹਿਲੀ ਗੱਲ ਇਹੀ ਕਹਿੰਦਾ ਕਿ ਸੈਪਟੈਂਬਰ ਇਨਟੇਕ ਆਪਣੀ ਪ੍ਰਾਇਓਰਟੀ ਰੱਖੋ ਅਤੇ ਉਹਨਾਂ ਏਜੰਟਾਂ ਕੋਲ ਜਾਓ ਜਿਹੜੇ ਏਜੰਟ ਕੋਈ ਆਫਟਰ ਵੀਜ਼ਾ ਪੇ ਨਹੀਂ ਕਰਾਉਂਦੇ ਅਤੇ ਅਗਰ ਤੁਹਾਡਾ ਵੀਜ਼ਾ ਆ ਜਾਂਦਾ ਸਭ ਤੋਂ ਵਧੀਆ ਗੱਲ ਆ ਕਿਉਂਕਿ ਇੱਥੇ ਕਈ ਸਟੂਡੈਂਟ ਇੱਦਾਂ ਦੇ ਆਏ ਆ ਜਿਨ੍ਹਾਂ ਨੇ ਕੋਈ ਆਫਟਰ ਵੀਜ਼ਾ ਫੀਸ ਨਹੀਂ ਦਿੱਤੀ ਜਦਕਿ ਅਸੀਂ ਦੋ ₹2.5-2.5 ਲੱਖ ਰੁਪਈਆ ਦੇ ਕੇ ਆਏ ਹਾਂ ਅਤੇ ਮੇਰੇ ਨਾਲ ਦੇ ਕਈ ₹3-3 ਲੱਖ ਵੀ ਦੇ ਕੇ ਆਏ ਨੇ ਇਸ ਤੋਂ ਬਾਅਦ ਮੈਂ ਇੱਕ ਨਿੱਕੀ ਜਿਹੀ ਗੱਲ ਹੋਰ ਦੱਸਦਾ ਜਦੋਂ ਤੁਸੀਂ ਆਫਟਰ ਵੀਜ਼ਾ ਜਿਹੜੇ ਪੇ ਕਰਾਉਂਦੇ ਆ ਉਹਨਾਂ ਏਜੰਟਾਂ ਕੋਲ ਜਾਂਦੇ ਹੋ ਅਗਰ ਤੁਸੀਂ ਜਾਂਦੇ ਹੀ ਤੋਲ ਮੋਲ ਕਰਨ ਲੱਗ ਪਓ ਤਾਂ ਉਹ ਘਟਾ ਦਿੰਦੇ ਆ ਬਹੁਤ ਹੱਦ ਤੱਕ ਘਟਾ ਦਿੰਦੇ ਆ ਸੋ ਹੋ ਸਕੇ ਜੇ ਤੁਹਾਡੇ ਕੋਲ ਹੋਰ ਆਪਸ਼ਨ ਨਹੀਂ ਹੈਗੀ ਤੁਸੀਂ CNA ਵਿੱਚ ਹੀ ਆਉਣਾ ਵਾ ਅਤੇ ਤੁਹਾਨੂੰ ਆਫਟਰ ਵੀਜ਼ਾ ਪੇ ਕਰਨਾ ਮਨਜ਼ੂਰ ਹੈ ਤਾਂ ਤੁਸੀਂ ਇੱਕ ਚੀਜ਼ ਕਰ ਸਕਦੇ ਹੋ ਕਿ ਜਿੰਨਾ ਤੁਹਾਡੇ ਕੋਲ ਹੋ ਸਕੇ ਤੁਸੀਂ ਘਟਾਓ ਪੈਸੇ ਉਹ 1 ਲੱਖ ਤੋਂ ਥੱਲੇ ਆਰਾਮ ਨਾਲ ਆ ਜਾਂਦੇ 80,000 ਵੀ ਦੇ ਕੇ ਆਏ ਕਈ 60,000 ਵੀ ਦੇ ਕੇ ਆਏ ਆ ਅਗਰ ਤੁਸੀਂ 80,000 ਜਾਂ 60,000 ਜਾਂ 1 ਲੱਖ ਤੋਂ ਥੱਲੇ ਜਿੰਨੀ ਵੀ ਫੀਸ ਦੇ ਰਹੇ ਹੋ ਆਫਟਰ ਵੀਜ਼ਾ ਮੈਂ ਕਹਿੰਦਾ ਉਹ ਜਾਇਜ਼ ਹੈ ਤੁਸੀਂ ਦੇ ਸਕਦੇ ਹੋ ਬਟ ਜੇ ਤੁਸੀਂ ਆਫਟਰ ਵੀਜ਼ਾ ਫੀਸ ਜ਼ਿਆਦਾ ਪੇ ਕਰਕੇ ਆ ਰਹੇ ਹੋ ਤਾਂ 2,500 ਤੁਹਾਡੀ ਇੱਥੇ ਆ ਕੇ ਵੀ ਫੀਸ ਵਧਣੀ ਹੈ ਸੋ ਮੈਨੂੰ ਨਹੀਂ ਲੱਗਦਾ ਉਸ ਕੇਸ ਵਿੱਚ ਇਹ ਕੋਲੇਜ ਚੀਪੈਸਟ ਹੋਏਗਾ ਸੋ ਆਪਣੀ ਅੱਜ ਦੀ ਵੀਡੀਓ ਵਿੱਚ ਇੰਨੀ ਹੀ ਇਨਫੋਰਮੇਸ਼ਨ ਸੀ ਤੁਹਾਨੂੰ ਮੈਂ ਸਾਰਾ ਦੱਸਤਾ ਕਿ ਕਿੰਨਾ ਕੁ ਚੀਪ ਪੈਂਦਾ ਇਹ ਕੋਲੇਜ ਲੀਗਲੀ ਤੌਰ 'ਤੇ ਆਪਾਂ ਆਈਏ ਤਾਂ ਸਭ ਤੋਂ ਸਸਤਾ ਕੋਲੇਜ ਹੈ ਕਿਉਂਕਿ ਕਿਤੇ ਵੀ ਤੁਸੀਂ 12,500 ਜਾਂ 12,000 ਜਾਂ 13,000 ਦੇ ਅੰਡਰ ਸਟੱਡੀ ਨਹੀਂ ਕਰ ਪਾਓਗੇ ਇੱਥੇ ਤੁਸੀਂ ਆਰਾਮ ਨਾਲ 12,500-13,000 ਵਿੱਚ ਸਟੱਡੀ ਕਰ ਲਓਗੇ ਆਪਣੀ ਦੋਵਾਂ ਸਾਲਾਂ ਵਿੱਚ ਤੁਹਾਡਾ $26,000 ਖਰਚਾ ਆਏਗਾ ਸੋ ਜੋ ਕਿ ਜਾਇਜ਼ ਹੈ ਜੇ ਤੁਸੀਂ ਕੰਪੇਅਰ ਕਰੋਗੇ ਵੈਨਕੂਵਰ ਜਾਂ ਬ੍ਰੈਂਪਟਨ ਏਰੀਆ ਨਾਲੋਂ ਬਹੁਤ ਹੀ ਜ਼ਿਆਦਾ ਘੱਟ ਫੀਸ ਤੁਹਾਨੂੰ ਦੇਖਣ ਨੂੰ ਮਿਲੇਗੀ ਬਟ ਜੇ ਤੁਸੀਂ ਆਫਟਰ ਵੀਜ਼ਾ ਪੇ ਕਰੋਗੇ ਜ਼ਿਆਦਾ ਕਰਕੇ ਆਓਗੇ ਸੋ ਉਸ ਕੇਸ ਵਿੱਚ ਤੁਸੀਂ ਸੋਚ ਸਕਦੇ ਹੋ ਇੱਕ ਵਾਰੀ ਕਿ ਬਈ ਮੈਨੂੰ ਇਸ ਕੋਲੇਜ 'ਚ ਫਾਈਲ ਲਵਾਉਣੀ ਚਾਹੀਦੀ ਹੈ ਕਿ ਨਹੀਂ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਹੋਪ ਕਰਦਾ ਜੀ ਸਾਰਿਆਂ ਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਏਗੀ ਜੀ ਜੇ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਵਧੀਆ ਲੱਗੀ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮੇਰੇ ਯੂਟਿਊਬ ਚੈਨਲ ਨੂੰ ਕਿਉਂਕਿ ਜਦੋਂ ਤੁਸੀਂ ਸਬਸਕ੍ਰਾਈਬ ਕਰਦੇ ਹੋ ਤਾਂ ਮੇਰੀ ਮੋਟੀਵੇਸ਼ਨ ਅੱਪ ਹੁੰਦੀ ਹੈ ਅਤੇ ਮੈਨੂੰ ਹੋਰ ਨਵੀਆਂ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲਦੀ ਹੈ ਸੋ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਇਸ ਚੈਨਲ ਨੂੰ ਐਂਡ ਜੇ ਤੁਹਾਡਾ ਕੋਈ ਕੁਐਸਚਨ ਆ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਮੇਰੇ ਇੰਸਟਾਗ੍ਰਾਮ ਹੈਂਡਲ 'ਤੇ DM ਕਰ ਸਕਦੇ ਹੋ ਮੈਂ ਜ਼ਰੂਰ ਰਿਪਲਾਈ ਦਊਂਗਾ ਜੀ ਹਾਂਜੀ ਹੁਣ ਮੈਨੂੰ ਦੋ ਜੀ ਜਾਣ ਦੀ ਇਜਾਜ਼ਤ ਅਤੇ ਮਿਲਦੇ ਹਾਂ ਜੀ ਆਪਣੀ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ